अस्सलाम वालेकुम। वालेकुम अस्सलाम। शुक्री मैं तेरे मकाना दी बैक साइड ते आया करा ते जल्दी आज आपा नास चलिए। जल्दी ते मैं आ जानी की मैं बैक दा बंदोबस्त कर दी पिया विच को चार कपड़े रख लवा पैसे रख लवा कोई थोड़ा जा सुनना चालवा दी बहन वड्डी दा कोई कंगन मेरे को आया ते कपड़े भी पैसे भी हैं तू जल्दी आवन कर बस। अच्छा चल मैं निकलनी है किसी तरीके मेरी मां ते मेरी बहन घरे आगे ना और आपा होंदी है फिर मैं आउनी आ। जल्दी आ जल्दी। ठीक है। सारी सारी रात फोन ते लगी रहंदी अल्लाह जाने कहंदे ना गल्ला करदी है बाजे दे मां रुक नहीं वेखिए। हां हां मां मेनू भी नहीं समझ आंदी किदे नाल तू मेरे मगर बाज पाउने इच्छा मांज नहीं हम ते इच्छा मांज नहीं हम तो रगा। हां जी छोकी जल्दी ना स्टार्ट कर कोई वेख दई। इन्नू हुण की हो गया इस टाइम में पता नहीं की होया खड़ा दसन मैनू खराब करू मैं मुड्डू कर जल्दी कर ला मुड्डू आओ उतने नु
ਖੈਰ ਹੋਵੇ ਮੋਟਰਸਾਈਕਲ ਤੇ ਆਉਂਦਾ ਪਿਆ ਬੂਤੜਿਆਂ ਤੈਨੂੰ ਅਸਲਾਮ ਅਲੈਕਮ ਰਮਜ਼ੀ ਭਾਈ ਵਾਲੇਕਮ ਸਲਾਮ ਤੈਨੂੰ ਮੋਟਰਸਾਈਕਲ ਕਾਹਨ ਦੇ ਦਿੱਤੀ ਮੰਗਵੀ ਮੰਗਵੀ ਨਹੀਂ ਹੈ ਇਹ ਹੁਣ ਆਪ ਦੀ ਲਾ ਲਈ ਹੈ ਮੈਂ ਅੱਛਾ ਹਾਂਜੀ ਤੇ ਮੋਰ ਹੁਕਮ ਕਰੋ ਕਿਵੇਂ ਆਏ ਨੇ ਹੁਕਮ ਨਹੀਂ ਅਰਜ਼ ਹੈ ਅਰਜ਼ ਕਰ ਅਰਜ਼ ਹੈ ਭਾਈ ਅੱਜ ਹੀ ਆ ਤੂੰ ਸਹਰੇ ਬਾਨ ਕੇ ਤੈਨੂੰ ਸੁਗਰੀ ਦੀ ਡੋਲੀ ਦੇਵਾਂ ਹਾਂ ਉਹ ਤੇਰਾ ਬੇੜਾ ਤਰ ਜਾਵੇ ਐਡਾ ਅਰਜੈਂਟ ਰਿਸ਼ਤਾ ਐਡੇ ਅਰਜੈਂਟ ਤਾਂ ਕੱਪੜੇ ਵੀ ਇਸਤਰੀ ਹੁੰਦੇ ਜਿਹੜਾ ਤੂੰ ਅਰਜੈਂਟ ਸ਼ਾਦੀ ਕਰਦਾ ਪਿਆ ਭਰਾ ਰਮਜ਼ੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਬਸ ਅੰਮਾ ਦੀ ਤਬੀਅਤ ਖਰਾਬ ਰਹਿੰਦੀ ਇਸ ਲਈ ਅੰਮਾ ਨੇ ਕਿਹਾ ਕਿ ਮੈਂ ਆਪਣੇ ਮਰਨ ਤੋਂ ਪਹਿਲੇ ਪਹਿਲੇ ਨਾ ਆਪਣੀ ਧੀ ਦੀ ਖੁਸ਼ੀ ਵੇਖ ਲਵਾਂ ਤੇ ਬਸ ਉਹਦੇ ਕਹਿਤੇ ਅਸੀਂ ਇੱਥੇ ਆ ਗਏ ਉਹ ਤੇਰੀ ਮਾਂ ਨਹੀਂ ਮਰਦੀ ਉਹ ਤਾਂ ਕੜਨਾਨੀ ਬਣ ਸੀ ਕੜਨਾਨੀ ਉਹ ਭਾਈ ਸਾਹ ਦਾ ਕੋਈ ਵਿਸਾਹ ਹੁੰਦਾ ਬੰਦੇ ਦਾ ਹਾਂ ਇਹ ਤਾਂ ਤੇਰੀ ਗੱਲ ਸਹੀ ਹੈ ਯਾਰ ਸਾਹ ਦਾ ਵਾਕਿਆ ਵਿਸਾਹ ਕੋਈ ਨਹੀਂ ਉਸਤਾਦ ਜੀ ਮੈਨੂੰ ਤਾਂ ਕੋਈ ਛੋਹਰਤ ਰੋਲਾ ਮਲੂਮ ਹੁੰਦਾ ਹੈ ਜਿਹੜਾ ਇਹ ਨਾ ਕਹਿੰਦਾ ਜਲਦੀ ਆ ਕਰ ਓਏ ਹੋਏ ਉਹ ਕਿੰਨੀ ਸਿਆਣੀ ਗੱਲ ਕੀਤੀ ਜ਼ਿੰਦਗੀ 'ਚ ਪਹਿਲੀ ਵਾਰੀ ਓਏ ਆ ਜ਼ੇਰੇ ਤਮੀਰ ਇਨਸਾਨ ਵੈਰੀ ਗੁੱਡ ਓਏ ਤੁਹਾਡੀ ਛੋਹਰਤ ਮੈਨੂੰ ਰੋਲਾ ਲੱਗਦਾ ਇਸ ਵਾਸਤੇ ਮੈਂ ਨਹੀਂ ਲੈਂਦਾ ਨਾਲੇ ਵੈਸੇ ਹੀ ਉਹ ਮੈਨੂੰ ਚੰਗੀ ਨਹੀਂ ਲੱਗਦੀ ਜਦੋਂ ਹੀ ਮੈਂ ਤੁਹਾਡੇ ਘਰ ਜਾਣਾ ਕਦੀ ਬੂਥੀ ਐਂ ਕਰ ਲੈਂਦੀ ਕਦੀ ਬੂਥੀ ਉਹੀ ਕਰ ਲੈਂਦੀ ਮੈਨੂੰ ਸਿੱਧੇ ਮੂੰਹ ਨਾਲ ਬੁਲਾਉਂਦੀ ਨਹੀਂ ਤੇ ਛੋਟੇ ਮੂੰਹ ਤੇਰਾ ਤੂੰ ਕੀ ਉਹਨੂੰ ਉਲਟੀਆਂ ਸਿੱਧੀਆਂ ਪਟਕਾ ਪੜਾਈ ਜਾ ਰਿਹਾ ਪ੍ਰਿਆਰਮ ਜੀ ਉਹਦੇ 'ਚ ਕੋਈ ਰੋਲਾ ਨਹੀਂ ਹੈਗਾ ਤੇ ਦਿਮਾਗ 'ਚ ਰੋਲਾ ਹੈਗਾ ਓ ਇਹ ਬੜੀ ਸਿਆਣੀ ਗੱਲ ਕਰਦਾ ਹੈ ਇਹ ਭਾਵੇਂ ਜ਼ਮੀਨ ਦੇ ਵਿੱਚ ਐਡਾ ਸਾਰਾ ਉੱਤਿਆ ਬੰਦਾ ਨਾ ਉੱਤੇ ਉੱਤੇ ਇਹ ਜ਼ਮੀਨ ਦੇ ਵਿੱਚ ਵੀ ਟੁਰਿਆ ਬੰਦਾ ਇਤਣਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੂੰ ਹੀ ਗਿਆ ਅਨਪੜ ਉਹ ਜ਼ਰਾ ਚਾਰ ਜਮਾਤਾਂ ਪੜ ਗਈ ਹੈ ਤੇ ਇਸ ਲਈ ਖੋਤੀ ਨਖਰਿਆਂ 'ਚ ਆ ਗਈ ਹੈ ਇਸ ਲਈ ਮਜ਼ੀਦ ਅੰਮਾ ਕਹਿੰਦੀ ਵੀ ਕਿ ਇਹਨੂੰ ਨਹੀਂ ਪੜਾਉਣਾ ਹੈਗਾ ਇਹਦੀ ਪੜ੍ਹਾਈ ਇੱਥੇ ਬੰਦ ਕਰਕੇ ਤੇ ਇਹਨੂੰ ਵਿਆਹ ਦੇ ਗਏ ਤਾਂ ਕਿ ਘਰ ਬਾਰ ਆਪਣਾ ਸੰਭਾਲਣ ਲੱਗ ਜਾਵੇ ਅੱਛਾ ਐਡੀ ਨਖਰਿਆਂ ਵਾਲੀ ਸ਼ਾਦੀ ਉਹਨੇ ਨਾਲ ਮੇਰੇ ਕਰਨ ਦਾ ਕੀ ਫਾਇਦਾ ਤੈਨੂੰ ਫਾਇਦਾ ਹੀ ਫਾਇਦਾ ਹੈਗਾ ਹੈ ਮੋਟਰਸਾਈਕਲ ਵੀ ਅਸੀਂ ਤੈਨੂੰ ਦੇਵਾਂਗੇ ਨਾਲ ਨਵੀਂ ਮੋਟਰਸਾਈਕਲ ਤੇ ਡਿਬਰੀ ਕੀ ਖਿਆਲ ਹੈ ਤੇਰਾ ਉਸਤਾਦ ਜੀ ਕੁੜੀ ਨੂੰ ਛੱਡ ਦੇ ਮੋਟਰਸਾਈਕਲ ਹੀ ਲੈਣ ਜਾਏ ਮੋਟਰਸਾਈਕਲ ਦੀ ਖਾਤਰ ਮੈਂ ਤੇਰੀ ਭੈਣ ਨਾਲ ਸ਼ਾਦੀ ਕਰ ਲਈ ਬਾਜੀ ਵਾ ਇਹ ਮੋਟਰ ਤੁਸੀਂ ਘਰੇ ਤੇ ਮੈਂ ਜੰਜ ਬਣ ਕੇ ਹੁਣੇ ਆਇਆ ਤੇਰੇ ਤੂੰ ਆਉਣ ਦੀ ਕਰ ਜਾਂ ਕਿ ਮੈਂ ਭੈਣ ਦੀ ਤਿਆਰੀ ਕਰਾਈਨਾ ਤੁਸੀਂ ਬਾਹਰ ਚੱਲੋ ਤੇ ਅਸੀਂ ਨਾ ਇੱਕ ਦੋ ਘੰਟਾ ਤੋਂ ਬਾਅਦ ਤੁਹਾਡੇ ਕੋਲ ਮਟਾਕ ਜਾਂਜ ਲਾ ਕੇ ਬੈਠਾ ਤੁਹਾਡੇ ਬੂਹੇ ਦੇ ਉੱਤੇ ਢੋਲਾ ਸਮੈਤ ਗਾਂਦੇ ਵਜਾਂਦੇ ਆਵਾਂਗੇ ਤੁਸੀਂ ਜਾ ਸਕਦੇ ਹੋ ਵਾਹ ਜੀ ਵਾਹ ਠੀਕ ਹੋ ਗਿਆ ਚੱਲ ਕਿੱਕ ਮਾਰ ਤੇ ਚਲੀ ਗਏ ਕਿੱਕ ਨਾ ਮਾਰ ਮੋਟਰਸਾਈਕਲ ਇੱਥੇ ਹੀ ਛੱਡ ਦੇ ਕਿਉਂਕਿ ਮੈਂ ਮੋਟਰਸਾਈਕਲ ਦੀ ਖਾਤਰ ਸ਼ਾਦੀ ਕਰ ਰਿਹਾ ਤੇ ਮੋਟਰਸਾਈਕਲ ਇੱਥੇ ਰਹਿਣ ਦਿਓ ਤੁਸੀਂ ਤੁਰ ਕੇ ਜਾਓ ਠੀਕ ਹੈ ਇਹ ਲਿਆਈ ਤੇਰੇ ਵਾਸਤੇ ਤੂੰ ਜਾਣ ਤੇ ਸਕੂਟਰ ਜਾਣੇ ਅਸੀਂ ਤੁਰ ਕੇ ਲਗੇ ਜਾਣਾ ਅੱਛਾ ਜ਼ਾਦਾ ਵੈਰੀ ਗੁੱਡ ਜਾ ਸਾਲਾ ਹੋਵੇ ਤਾਂ ਇਹੋ ਜਿਹਾ ਹੋਵੇ ਬਣਵਾਈਆ ਹੋਵੇ ਤਾਂ ਇਹੋ ਜਿਹਾ ਹੋਵੇ ਸ਼ਾਬਾਸ਼ ਮਗਰ ਸਾਨੂੰ ਤੇ 4 ਘੰਟੇ ਲੱਗ ਜਾਣਗੇ ਟੁਰਦਿਆਂ ਉਹ ਨਹੀਂ 4 ਘੰਟੇ ਇੱਥੋਂ ਵਿੱਚ ਵਿੱਚ ਦੀ ਜਾਓ ਸਿੱਧੇ ਭੈਣ ਜੀ ਹਲੋ ਹੁਣ ਤੂੰ ਹਾ ਜਾਵੀਂ ਮੈਂ ਆਇਆ ਤੁਸੀਂ ਜਾਸੋ ਤਾਂ ਮੈਂ ਤਿਆਰੀ ਕਰ ਲਈ ਓਕੇ ਓਕੇ ਲੱਖ ਲਾਨ ਦੇ ਕਬਰਾਂ ਤੋਂ ਲਾ ਕੇ ਲੈ ਆਂਦਾ ਬੇਵਕੂਫ ਚਲੋ ਆਪਾਂ ਨੂੰ ਤਜਾਇਜ਼ ਹੈ ਕਬਰਾਂ ਤੋਂ ਲਾ ਕੇ ਓਏ ਆਪਾਂ ਹੀ ਘੁੜਦਿਆਂ ਰੰਗੇ ਆ ਮੁੜਦਿਆਂ ਰੰਗੇ ਆ ਜਲਦੀ ਹੋ ਜਾ ਮੇਰੇ ਤੇ ਕੱਪੜੇ ਵੀ ਗੰਦੇ ਹੋਏ ਪੈਣ ਦੇ ਬਾਜੀ ਜੱਟੀ ਆਪਾਂ ਜਲਦੀ ਜਲਦੀ ਫੜੀਏ ਉਹ ਨੂੰ ਸੁਗਰੀ ਅੰਮਨ ਜ਼ਹਿਰ ਦੇ ਕੇ ਮਾਰ ਛੱਟੇ ਤੇ ਨਸ ਜਾਵੇ ਹਾਂ ਚੱਲ ਚੱਲ ਤੇ ਭੱਜ ਕੇ ਚਲੇ ਗਏ ਕਲਿਆ ਮੇਰੇ ਲੱਗ ਰੇ ਤੂੰ ਆਵੇ ਮੇਰੇ ਦਿਲ ਦੀਆਂ
ਮੰਡੋਲੇ ਚ ਬਹੂ ਹੈਗੀ ਆ ਕੀ ਸਮਝੀ ਖੋਤੀ ਹੈ ਮੈਨੂੰ ਜੱਟੇ ਦੀ ਘਰ ਚ ਮੇਰੇ ਤੋਂ ਵੱਡੀ ਹੈਗੀ ਹੈ ਜੱਟ ਦੀ ਸ਼ਾਦੀ ਕਰ ਅਮਾ ਇਹਨਾਂ ਸ਼ਰਾਫਤ ਨਾਲ ਕੱਪੜੇ ਬਦਲ ਲਵਣੇ ਦੇ ਨਾਲ ਚਮਾਟਰ ਨਾਲ ਮੂੰਹ ਲਾਲ ਕਰ ਛੜਨਾ ਨਹੀਂ ਮੈਂ ਬਦਲ ਮਾਰਨਾ ਨਹੀਂ ਹੈਗਾ ਮਾਰਨਾ ਨਹੀਂ ਹੈ ਯਾਰ ਐਵੇਂ ਡੋਲੇ ਚ ਘਤਨਾ ਮਾਰੀਏ ਤਾਂ ਬੋਲਣ ਨੂੰ ਤਮਾਸ਼ਾ ਵੀ ਕੈਸਾ ਆਏਗਾ ਲੈ ਸਰ ਕੋਟ ਕੋਟ ਕੇ ਦੀ ਨੂੰ ਡੋਲੇ ਚ ਘਤੇ ਆਈ ਨੇ ਤੇ ਮੋੜੀ ਸਦਨਾ ਡੋਲੀ ਚ ਬਹਿ ਜਾ ਸਾਨੂੰ ਨਾ ਮਜਬੂਰ ਕਰੇ ਮਾਰਨ ਤੇ ਜਿੱਤੇ ਮੈਂ ਆਖਦੀ ਤੁਸੀਂ ਮੇਰੀ ਉੱਤੇ ਕਰੋਗਾ ਮੈਂ ਰਮਜ ਨਾਲ ਨਹੀਂ ਸ਼ਾਦੀ ਕਰੂ ਜੱਟੀ ਦੀ ਉਹਨਾਂ ਨਾਲ ਕਰਦੀ ਹੋ ਜੱਟੀ ਕਿਹੜਾ ਦਾ ਮੂੰਹ ਮੁਕਾਲਾ ਕਰ ਲਿਆ ਏ ਜੱਟੇ ਨੂੰ ਜੱਟੀ ਦਾ ਕਰੋ ਜੱਟੀ ਦਾ ਕਰੋ ਆ ਜੱਟੀ ਦਾ ਕੁਰਬਾਨੀ ਦੇਂਦੀ ਪਈ ਜੱਟੀ ਆਂਦੀ ਪਈ ਨਿੱਕੀ ਦਾ ਕਰ ਤੇ ਮੋੜ ਮੇਰਾ ਬਾਦ ਚ ਕਰੀ ਉਹ ਕੁਰਬਾਨੀ ਨਹੀਂ ਦੇਂਦੀ ਪਈ ਜਿਹੜੀ ਉਹ ਕੁਰਬਾਨੀ ਦੇਂਦੀ ਪਈ ਮੈਨੂੰ ਚੰਗੇ ਤਰੀਕੇ ਪਤਾ ਹੈਗਾ ਜੱਟੀ ਆਖਦੀ ਹੈਗੀ ਏ ਕਰਮਜ ਦਾ ਮੂੰਹ ਕਾਲਾ ਹੈਗਾ ਤੇ ਮੈਂ ਚਿੱਟੀ ਹੈਗੀ ਆ ਤੇ ਲੋਕੀ ਮੈਨੂੰ ਚਾਗਾ ਕਰਸਨ ਕਿ ਤਾਂ ਸਾਈਂ ਕਿੱਡਾ ਕੋੜਾ ਹੈਗਾ ਮੈਂ ਤਾਂ ਆ ਰਮਜ ਨਾਲ ਕੋਈ ਨਹੀਂ ਪਰਨੀ ਨਾ ਹੈਗਾ ਜੱਟੀ ਹੋਈ ਪਰਨਾ ਤਾਂ ਕੁਰਬਾਨੀ ਮਨਸਾ ਉਹ ਕੋੜਾ ਇਹ ਸੋਣਾ ਤੂੰ ਉਸ ਨਾਲ ਪਰਨੀ ਹੋਣਾ ਇਹ ਤੇ ਮਦਾਫ ਛੱਡਾ ਅੱਛਾ ਜੱਟੀ ਜੱਟੀ ਚਿੱਟੀ ਹੈ ਤੇ ਚਿੱਟਾ ਨਾਲ ਕਰਦੀ ਹੈ ਸ਼ਾਦੀ ਉਹਨਾਂ ਮੈਂ ਬੜਾ ਚਿੱਟੇ ਨਾਲ ਕਰਾਈਸਾ ਉਹਨਾਂ ਸਾਈਂ ਉਸੇ ਰਮਜ਼ੀ ਨਾਲ ਵੀ ਕਾਲਾ ਸ਼ਾਹ ਤੇ ਕੋੜਾ ਉਹਨਾਂ ਨੇ ਵੀ ਨਹੀਂ ਆ ਰਿਸ਼ਤਾ ਉਹਨਾਂ ਵੀ ਮੈਂ ਤੇਰੇ ਮਗਰੋਂ ਰਿਸ਼ਤਾ ਕਰ ਛੱਡਣਾ ਹੈ ਚਾਰ ਕੱਪੜੇ ਬਦਲ ਅਮਾ ਬਰਾਤ ਆ ਗਈ ਹੈ ਬੂਵੇ ਤੇ ਤੇ ਹਲੇ ਤਿਆਰ ਨਹੀਂ ਹੋਈ ਇਹ ਤਿਆਰ ਨਹੀਂ ਹੁੰਦੀ ਪਈ ਇਹਨੂੰ ਇਹ ਮੈਂ ਡੋਲੀਸ ਮੈਂ ਬੁਆਵਣਾ ਅਮਾ ਚਲੋ ਫੇਰ ਬੂਵੇ ਤੇ ਬਰਾਤ ਆਈ ਖਲੋਤੀ ਹੈ ਜਾ ਕੇ ਉਹਨਾਂ ਦਾ ਕੋਈ ਇਸਤਬਾਲ ਕਰ ਲਵੋ ਇਸਤਬਾਲ ਮੈਂ ਕਹਿ ਰਿਹਾ ਕਰਾਂ ਤਾਂ ਸ਼ਾਬਾ ਮਾ ਕੇ ਬੈਠੀ ਹੋਈ ਹੈ ਓਏ ਅਮਾ ਇਹਨੂੰ ਤੂੰ ਛੱਡ ਇਹਨੂੰ ਚਾਹ ਕੇ ਮੈਂ ਡੋਲੀ ਚ ਦੇ ਸਾ ਨਾਲ ਸ਼ਰੀਕ ਹੈ ਤੇ ਤਮਾਸ਼ਾ ਨਾ ਬਣ ਖਲੋ ਚੱਲ ਅਮਾ ਉਹਨਾਂ ਜਲਦੀ ਹੋ ਜਲਦੀ ਨਾਲ ਲੈ ਕੇ ਆ ਇਹਨੂੰ ਭਰਾ ਭੂਤ ਨੇ ਮੈਂ ਅੰਦਾ ਪਿਆ ਆ ਜਾ ਬੈਠੀ ਰਹੀ ਤਈ ਹੈ लेकिन हुण मैनूं नहीं पता हैगा मेरी बरात आउंदी पई हैगी तू मैनूं नसा के लै जा बस चलो ठीक है मैं कोशिश करना कोशिश नहीं करना आना हैगा तू समझ आई है ना चलो ठीक है मैं आउंना ठीक है ਮੰਮੀ ਸ਼ੌਕੀ ਨਾਲ ਸ਼ਾਦੀ ਕਰ ਸਾ ਮੰਮੀ ਆਰੀ ਮਾਨ ਕੋ ਨਹੀਂ ਗੱਲ ਮੰਨਨੀ ਛੋਰ ਤਾਂ ਤੇਰੇ ਨਾਲ ਮੈਂ ਟੋਰ ਦਿੰਦੀ ਆ ਤਾਂ ਕੁੱਤੇ ਜਿਹਾ ਤਾਂ ਨਾ ਮਾਰ ਗਿਲਾਸ ਨੂੰ
ਭਰਾ ਰਮਜ਼ੀ ਨਾਲੇ ਗਲਾਸ ਫੜਾਵੇ ਕੀ ਗੱਲ ਗਲਾਸ ਵੀ ਖਾਣਾ ਈ ਦੁੱਧ ਪੀਵਣ ਦਾ ਤਜਰਬਾ ਬੜਾ ਚੁਆਕਾ ਹੈ ਕਿ ਨਸ ਡਵਣ ਦਿੱਤਾ ਕਮੀਜ਼ ਤੇ ਹਰ ਬੰਦੇ ਦਾ ਆਪਣਾ ਆਪਣਾ ਰੰਗ ਹੈ ਪੀਵਣ ਦਾ ਕੋਈ ਕਿਵੇਂ ਪੀਂਦਾ ਹੈ ਕੋਈ ਕਿਵੇਂ ਪੀਂਦਾ ਹੈ ਲਓ ਜੀ ਗਲਾਸ ਆਦਾ ਮੈਂ ਖਾ ਨਾ ਜਾਵਾਂ ਤੇ ਦੁੱਧ ਪਿਆਈ ਤੇ ਮੈਨੂੰ ਦੇ ਦੇ ਦੁੱਧ ਪਿਆਈ लेकिन मेरे नाल उधार कीता जावे Thank you.
ਡੋਲੀ ਡੋਲੀ ਆ ਗਈ 5000 ਲਾ ਕੱਢ ਤੇ ਲੋੜਾ ਪਿਨੀਆਂ ਦਾ ਇੱਥੇ ਲਾਇਆ ਹਾਂਜੀ ਪਿਨੀਆਂ ਅਰਜੈਂਟ ਕੋ ਸ਼ਾਦੀ ਹੋਈ ਹੈ ਤੇ ਅਰਜੈਂਟ ਪਿਨੀਆਂ ਹੀ ਕੋਈ ਨਹੀਂ ਬਣਾਈਆਂ ਨਹੀਂ ਨਹੀਂ ਅਸੀਂ ਕਾਰਾ ਕੋਈ ਨਹੀਂ ਕਰਦੇ ਕਾਰਾ ਕੋਈ ਨਹੀਂ ਕਰਨਾ 5000 ਰੁਪਇਆ ਵੀ ਤੇ ਜੋੜਾ ਪਿਨੀਆਂ ਦੇ ਵੀ ਹਾਂਜੀ 5000 ਜੁਮੇ ਵਾਲੇ ਦੇ ਲੈ ਲਵੀ ਤੇ ਪਿਨੀਆਂ ਵੀ ਜੁਮੇ ਵਾਲੇ ਦੇ ਲੈ ਲਵੀ ਨਹੀਂ ਅਸੀਂ ਪਿਨੀ ਸੁਣਾ ਕੇ ਮੰਗ ਕੇ ਲਿਸਾਂ ਕੋੜਾ ਕਰਸਾਂ ਤੈਨੂੰ ਪਿਨੀ ਸੁਣਾਚ ਹਾਂਜੀ ਸਾਜ਼ਬਾਜ਼ ਹੋ ਜਾਂਦੀ ਹੈ ਹਾਂ ਹਾਂ